अस्सलाम वालेकुम दोस्तों, की हाल चाल। वेलकम टू फार्मिंग ट्रैक्टर ब्लॉग यूट्यूब चैनल। करते हैं जी अज के ब्लॉग का आगाज़। जिदा कि तुम कल के ब्लॉग देखा, आप कल ट्राला लैके जाना सगा, तो कल ले जा नहीं होया है। वो एक ट्रैक्टर सगा, वो वाटर बाडी खराब सी, जिस वजह तू नहीं ले जा सके। बाकी जी ट्राले का तकरीबन कल ही लोड हुए है, तीन ही चार ही। तो अज सुबह सुबह का टाइम आ, तो अज आप इतों ट्रैक्टर लैके जाना वा। तो हूँ ट्राले लैके जाने उधर कंजवानी शुगर मिल च, बहुत दूर आ। कभी मैं गया तो नहीं है, मेरे हाल जाऊँगे हूँ तो देख लूँगे किन्ने किलोमीटर। वैसे कहें 120 किलोमीटर हैगी। बाकी जी सुबह का टाइम आ, तो आ खलोता जी अपना ट्रैक्टर। तो त्रेल काफ़ी ज़्यादा पई आ उत्ते, इन कर दें एक बार साफ साफ वगैरह करके तो फिर चलते हैं। बाकी जी चैनल पर जो दोस्त नवे गुजारिश है, सबसक्राइब कर दिए, वीडियो लाइक कर दिए, थोड़ी इस तरह की वीडियो देखने को मिली रहनी है। इतने हम ट्रैक्टर साफ करके कढ़ दें, फिर चलते हैं जी सीधा। बाकी जी हुण कढ लिया कंडे तो लैके जा रहे मिल नूं। जानना ही नहीं। जो आप ट्राला कटते वा तो ट्राला कटे आप फोन नहीं कढ़ाए, इधर चैक नंबर 113 वा फिर ढोल है, तो ये कट लिया वा सीधा जाना हम बाईपास से जरा सरूजा रोड आ बाईपास जो आप मेलू सारे ट्राले जाते रहे इतने लिया वा जी चढ़ा के अपना ट्राला। हाँ उ नहर है, जिस नहर तो आप पानी लैके जाइना वा मोगे का, आ सीधी नहर जाती उत्थे मोगा वा, तो सीधा चलते हैं जी हूँ। बाकी जी इतने बाईपास से हम पहुंच गए हैं, तो इतने आके रुके हैं बाईपास से, आ पोला फ्लाई वाला, तो इधर नू जाना वा।
ਤੇ ਬਾਕੀ ਜੇ ਇੱਥੋਂ ਆਪਾਂ ਆ ਚੜਾਈ ਤੋਂ ਟਰਾਲਾ ਵੀ ਕੱਢਿਆ ਸੀਗਾ ਆਪਣਾ ਜਿਹੜਾ ਰੂਸੀ ਦੇ ਨਾਲ ਕੱਢਿਆ ਸੀ ਬਲੈਰਸ ਦਾ ਉਹ ਆ ਜਿਹੜੀ ਚੜਾਈ ਸੀਗੀ ਇੱਥੋਂ ਲਿਆਂਦਾ ਸੀ ਸਿੱਧਾ ਇੱਥੇ ਲਿਆ ਕੇ ਖੜਾ ਕਰ ਦਿੱਤਾ ਸੀਗਾ ਤੇ ਬਾਕੀ ਹੁਣ ਪਿਛਲੇ ਟਰਾਲਿਆਂ ਦਾ ਇੰਤਜ਼ਾਰ ਕਰਨਾ ਪਿਛਲੇ ਟਰਾਲੇ ਹਜੇ ਆਉਣ ਹੀ ਨਹੀਂ ਰਹੇ ਹੈਗੇ ਦੇਖਣਾ ਉਹ ਕਦੋਂ ਤੱਕ ਆਉਂਦੇ ਆ ਬਾਕੀ ਜੀ ਆਪਾਂ ਟਰਾਲਾ ਉਹ ਉੱਥੇ ਲਿਆ ਕੇ ਖੜਾ ਕਰ ਦਿੱਤਾ ਵਾ ਤੇ ਇੰਤਜ਼ਾਰ ਹੀ ਕਰਨਾ ਹੁਣ ਤੇ ਬਾਕੀ ਜੀ ਟੈਂਪਰ ਆਉਣ ਡਿਆ ਨੱਠ ਕੇ ਸੜਕ ਨਾ ਕਰ ਲਈਏ ਪਿੰਡ ਤੇ ਹੁਣ ਇਹ ਜਾਣਾ ਜੀ ਕਜਵਾਣੀ ਸ਼ੁਕਰ ਮੇਰੇ ਇੱਥੋਂ ਬਾਈਪਾਸ ਤੇ ਸਿੱਧਾ ਆਪਾਂ ਜਾਣਾ ਵਾ ਸਰਗੋਧੇ ਰੋਡ ਤੇ ਸਰਗੋਧਾ ਰੋਡ ਜਿੱਥੇ ਸਰਗੋਧਾ ਰੋਡ ਤੇ ਮਦੀਨਾ ਸ਼ੁਕਰ ਮੇਲ ਦਾ ਲੇਕਿਨ ਆਪਾਂ ਹੁਣ ਨਹੀਂ ਜਾਣਾ ਹੈਗਾ ਸਰਗੋਧਾ ਰੋਡ ਤੇ ਚੜ ਕੇ ਸਿਧਾਰ ਬਾਈਪਾਸ ਤੇ ਜਾਣਾ ਵਾ ਸਿਧਾਰ ਬਾਈਪਾਸ ਤੋਂ ਸਿੱਧਾ ਜਾਣਾ ਸਮੁੰਦਰੀ ਸਮੁੰਦਰੀਓ ਗਾਹ ਫਿਰ ਜਾਣਾ ਵਾ ਤੇ ਕਾਫੀ ਜ਼ਿਆਦਾ ਸਫ਼ਰ ਆ ਸ਼ਾਮਾਂ ਤੱਕ ਪਹੁੰਚਾਂਗੇ ਇਸ ਟਾਈਮ ਤਕਰੀਬਨ 9 ਵਜੇ ਹੈਂ ਇਤਨਾ ਵੀ ਬਣਾ ਲਾ ਜੀ ਬਣਾ ਲਈ ਆ ਜੀ ਇੱਥੇ ਜੀ ਸਾਨੂੰ ਖਲੋਤੇ ਹਾਂ ਤਕਰੀਬਨ 1 ਘੰਟਾ ਪੂਰਾ ਹੋ ਗਿਆ ਵਾ ਤੇ ਹਜੇ ਤੱਕ ਪਿੱਛੋਂ ਆਪਣੇ ਟਰਾਲੇ ਨਹੀਂ ਆਏ ਹੈਗੇ ਇੱਥੇ ਖਲੋਤੇ ਹਾਂ ਉਦੋਂ ਦੇ ਕਦੀ ਚੱਕਰ 'ਚ ਤੇਲ ਪਾਈ ਜਾਈਦਾ ਕਦੀ ਤਾਰਾਂ ਕੱਸ ਲਈ ਦੀਆਂ ਬਾਕੀ ਜੀ ਆਪਣੇ ਟਰੈਕਟਰ ਦਾ ਮਾੜਾ ਮੋਟਾ ਕੰਮ ਕੀਤਾ ਵਾ ਇੱਥੇ ਤੇ ਹਜੇ ਤੱਕ ਪਿੱਛੋਂ ਟਰਾਲੇ ਕੋਈ ਨਹੀਂ ਆਏ ਹੈਗੇ ਘੰਟਾ ਘੰਟੇ ਤੋਂ ਵੀ ਬਲਕਿ ਉੱਤੇ ਹੋ ਗਿਆ ਵਾ 11:30 ਹੋ ਗਏ ਇੱਥੇ ਉਹ ਸਾਹਮਣੇ ਪੱਠਾ ਵਾ ਉੱਧਰ ਦੀ ਆਉਣਾ ਉਹਨਾਂ ਨੇ ਲੈ ਕੇ ਟਰਾਲੇ ਹੁਣ ਇੰਤਜ਼ਾਰ ਕਰ ਰਹੇ ਹਾਂ ਕਿ ਕਿੰਨੀ ਦੇਰ ਤੱਕ ਉਹਨਾਂ ਨੇ ਆਉਣਾ ਵਾ ਬਾਕੀ ਜਦੋਂ ਆਉਂਦੇ ਆ ਜੀ ਉਦੋਂ ਆਪਾਂ ਚੱਲਦੇ ਹਾਂ ਇਹ ਸਫ਼ਰ ਬਹੁਤ ਅੱਗੇ ਹੋਰ ਗੁਜ਼ਰ ਗਿਆ ਵਾ ਤਕਰੀਬਨ 12:30 ਦਾ ਹੋ ਚੁੱਕਿਆ ਟਾਈਮ ਤੇ ਆ 2 ਫੱਟੇ ਆਏ ਆ ਇਸ ਟਾਈਮ ਇੱਕ ਆ ਰਿਹਾ ਵਾ ਇੱਕ ਇਸ ਤੋਂ ਪਿੱਛੇ ਆ ਸਾਢੇ 12 ਹੋ ਚੁੱਕੇ ਸਾਨੂੰ ਇੱਥੇ ਖਲੋਤੇ ਤੇ ਹੁਣ ਆਉਣ ਡੇ ਆ ਉਹ ਪਿੱਛੋਂ ਫੱਟਿਆਂ ਵਾਲੇ ਤੇ ਟਰਾਲੇ ਇਹਨਾਂ ਦੇ ਸ਼ਾਇਦ ਪਿੱਛੇ ਹੋਣ ਤੇ ਜਾਂ ਹਜੇ ਉਹ ਹਜੇ ਤੁਰੇ ਹੀ ਨਾ ਹੋਣ ਕੋਈ ਪਤਾ ਆਉਂਦੇ ਆ ਤੇ ਇਹਨਾਂ ਕੋਲ ਪੁੱਛਦੇ ਆ ਤਾਂ ਹੁਣ ਆਇਆ ਵਾ ਪਿੱਛੇ ਤੇ ਦੂਰੋਂ ਬਾਕੀ ਦੇ ਆ ਰਹੇ ਆ ਤਕਰੀਬਨ 1 ਵਜਣੇ ਵਾਲਾ ਵਾ ਇੱਥੇ ਖਲੋਤਿਆਂ ਖਲੋਤੇ ਹੁਣ ਆ ਕੇ ਰਹੇ ਸਾਰੇ ਜਣੇ ਬਾਕੀ ਜੀ ਹੁਣ ਸਾਰੇ 4 ਟਰਾਲੇ ਇਕੱਠੇ ਹੋ ਗਏ ਆ ਤੇ ਹੁਣ ਤੁਰਨ ਲੱਗੇ ਆ ਉਹ ਦੇਖੋ ਤੋਰਦੇ ਆ ਜੀ ਹੁਣ ਟਰਾਲਾ ਤੇ ਅੱਗੇ ਚੱਲ ਕੇ ਹੁਣ ਤੇਲ ਪਵਾਉਣਾ ਵਾ ਆਪਾਂ ਬਾਕੀ 4 ਟਰਾਲੇ ਆਪਣੇ ਆ ਇੱਕ ਜਾ ਕੇ ਵੀ ਅਜੇ ਹੋਰ ਟਰਾਲੇ ਇਕੱਠੇ ਹੋ ਜਾਂਦੇ ਆ ਆਉਣਾ ਇੱਥੇ ਆ ਕੇ ਰੁਕੇ ਹਾਂ ਤੇ ਪਾਪਾ ਆ ਕੇ ਸਾਡੇ ਧੋਕੇ ਉਹ ਰੁਕ ਗਿਆ ਇੱਥੇ ਕਹਿੰਦਾ ਅੱਗੇ ਪੁਲਿਸ ਵਾਲੇ ਚਲਾਨ ਕਰਨਗੇ ਇੱਥੇ ਦੇਖਦੇ ਹੁਣ ਕੀ ਬਣਦਾ ਆ ਉਹ ਸਾਹਮਣੇ ਸਰਗੋਧਾ ਰੋਡ ਜਾ ਕੇ ਚੜ ਜਾਣਾ ਇੱਧਰ ਆ ਜੀ ਆ ਬੈਰੀਆ ਟੋਨ ਸਾਰਾ ਤੇ ਉਹ ਪਿੱਛੇ ਟਰਾਲੇ ਆ ਰਹੇ ਆਪਣੇ ਇੱਥੇ ਪਤਾ ਨਹੀਂ ਹੁਣ ਦੇਖੋ ਕੀ ਬਣਦਾ ਕਹਿੰਦਾ ਜੀ ਅੱਗੇ ਪੁਲਿਸ ਵਾਲੇ ਖਲੋਤੇ ਚਲਾਨ ਕਰਨਗੇ ਅਜੇ ਉੱਥੇ ਹੀ ਆ ਜੀ ਬਾਈਪਾਸ ਤੇ ਰੁਕੇ ਤੇ ਬਾਰਿਸ਼ ਆ ਗਈ ਆ ਉੱਤੇ ਬੱਦਲ ਇਹ ਬਣੇ ਆ ਵਾਹਵਾ ਤੇ ਬਾਰਿਸ਼ ਆ ਗਈ ਆ ਬਾਰਿਸ਼ ਨਾ ਮਤਲਬ ਕਿਨਮਿਨ ਸੀਗੀ ਪਹਿਲਾਂ ਹੌਲੀ ਹੌਲੀ ਸੀ ਹੁਣ ਵਾਹਵਾ ਤੇਜ਼ ਹੋਣ ਲੱਗ ਪਈ ਆ ਆਪਣੇ ਟਰੈਕਟਰ ਦੇ ਤਾਂ ਹੈਗੀ ਆ ਮਾੜੀ ਮੋਟੀ ਛੱਤ ਬਾਕੀਆਂ ਦੇ ਉਹ ਵੀ ਨਹੀਂ ਹੈਗੀ ਜੀ ਸ਼ਾਮ ਨੂੰ ਤਕਰੀਬਨ 3:30 ਹੋ ਚੁੱਕੇ ਆ ਤੇ ਹੁਣ ਬਾਈਪਾਸ ਤੇ ਚੜ੍ਹਨ ਲੱਗੇ ਆ ਬਾਈਪਾਸ ਤੋਂ ਸਰਗੋਧੇ ਰੋਡ ਤੇ ਚੜ੍ਹਨ ਲੱਗੇ ਆ ਸ਼ਾਮ ਦੇ 3:30 ਬਾਕੀ ਜਾਣਾ ਹੁਣ ਆਪਾਂ ਤਕਰੀਬਨ ਰਮਜ਼ਾਨ ਸ਼ੁਕਰ ਮੇਲ ਚ
ਪਏ ਆ ਟਰਾਲੇ ਦੀ ਲਾਈਨ ਲੱਗੀ ਹੈ ਕਾਫੀ ਲੰਮੀ ਤੇ ਉਹ ਅੱਗੇ ਤੱਕ ਸਾਨੂੰ ਦਿਖਾਉਂਦੇ ਆ ਲਾਈਨ ਲੱਗੀ ਆ ਤੇ ਆਪਣੇ ਪਿੱਛੇ ਵੀ ਆ ਟਰਾਲੇ ਆ ਗਏ ਆ ਰਮਜ਼ਾਨ ਸ਼ੁਕਰ ਮੈਨੂੰ ਜਾ ਰਹੇ ਆ ਤਕਰੀਬਨ ਰਾਤ ਦੇ 12 ਜਾਂ 1 ਵਜੇ ਜਾ ਕੇ ਪਹੁੰਚਣਾ ਰਾਤ ਦੇ 12 1 ਵਜੇ ਤੇ ਇਹ ਤਾਂ ਸਰੋਤੇ ਰੋਡ ਤੇ ਨਾ ਇਹ ਝੰਗ ਰੋਡ ਤੇ ਜਾ ਕੇ ਚੜਨਾ ਜਾ ਕੇ ਇਸ ਨਿਊੜ ਪਹੁੰਚਣਾ ਬਾਕੀ ਜੀ ਇੱਥੇ ਰੁਕੇ ਆ ਪਿਛਲੀਆਂ ਆਪਣਾ ਲੱਟਾਂ ਬਾੜੀਆਂ ਵਾ ਲਾਟਾਂ ਬਾਲ ਕੇ ਹੁਣ ਚੱਲਦੇ ਹਾਂ ਹਜੇ ਮਦੀਨਾ ਮੇਲ ਨੂੰ ਆਪਾਂ ਕ੍ਰਾਸ ਕੀਤਾ ਵਾ ਹਜੇ ਇਸ ਤੋਂ ਜ਼ਿਆਦਾ ਸਫ਼ਰ ਹਜੇ ਅੱਗੇ ਪਿਆ ਵਾ ਆਪਣਾ ਤਕਰੀਬਨ ਕਾਫੀ ਸਫ਼ਰ ਪਿਆ ਹਜੇ ਮਦੀਨਾ ਮੇਲ ਤੋਂ ਅੱਗੇ ਨਿਕਲੇ ਹਾਂ ਇੱਥੇ ਪਹੁੰਚ ਕੇ ਰੁਕੇ ਹਾਂ ਜੀ ਮਾੜਾ ਸਰਗੋਦੇ ਰੋਡ ਤੋਂ ਉਤਰ ਗਏ ਹਾਂ ਅਤੇ ਇਹ ਜਿਹੜਾ ਰੋਡ ਆ ਨਾ ਸਿੱਧਾ ਜਾਂਦਾ ਵਾ ਬਾਈਪਾਸ ਬਾਈਪਾਸ ਜਾਂਦਾ ਝੰਗ ਰੋਡ 'ਤੇ ਹੁਣ ਇਹ ਬਾਈਪਾਸ ਤੋਂ ਸਿੱਧਾ ਜਾ ਕੇ ਆਪਾਂ ਝੰਗ ਰੋਡ 'ਤੇ ਚੜ੍ਹਨਾ ਵਾ ਬਾਕੀ ਜੀ ਤੁਹਾਨੂੰ ਆਪਣੇ ਟਰਾਲੇ ਦੀ ਲੱਤ ਦਿਖਾਉਂਦਾ ਇੰਨੇ ਜ਼ਿਆਦਾ ਟਰਾਲੇ ਨੰਗੇ ਆ ਘਰੀਸ ਘਰੀਸ ਕੇ ਘਰੀਸ ਘਰੀਸ ਕੇ ਆਪਣੀ ਲੱਤ ਬਹੁਤ ਪਿੱਛੇ ਹੋ ਗਈ ਆ ਦੇਖੋ ਉਹ ਟਰਾਲੇ ਇੰਨੇ ਲੰਘਦੇ ਆ ਘਰੀਸ ਹੋ ਕੇ ਲੰਘਦੇ ਆ ਉਹ ਲੱਤ ਆਪਣੀ ਨਾ ਵਾਹਵਾ ਪਿੱਛੇ ਨੂੰ ਹੋਈ ਆ ਹੁਣ ਤਾਰਾਂ ਤੂਰਾਂ ਕੱਸਦੇ ਇੱਥੇ ਆ ਕੇ ਰੁਕੇ ਹੁਣ ਜਾ ਕੇ ਸਿੱਧਾ ਚੱਲਣਾ ਝੰਗ ਰੋਡ 'ਤੇ ਪਿੱਛੇ ਲੱਟਾਂ ਵੱਲ ਬਾਕੀ ਹੁਣ ਦੇਖਦੇ ਹਾਂ ਕੀ ਸੂਰਤ ਹਾਲ ਆ ਤਾਰਾਂ ਤੂਰਾਂ ਆਪਾਂ ਕੱਸ ਲਈਆਂ ਵਾ ਹੁਣ ਉਹ ਅਗਲੇ ਟਰਾਲੇ ਵਾਲਿਆਂ ਵੀ ਰੁਕੇ ਉਹਨਾਂ ਕੋਲ ਚੱਲਦੇ ਹਾਂ ਅਤੇ ਸਿੱਧਾ ਚੱਲਦੇ ਹਾਂ ਬਾਈਪਾਸ ਤੋਂ ਬੜਾ ਹਜੇ ਲੰਮਾ ਹਜੇ ਆਪਣਾ ਅੱਧ ਸਫ਼ਰ ਹੋਇਆ ਵਾ ਇੱਥੇ ਤੱਕ ਕਿਉਂਕਿ ਇਹ ਚਨਿਓਟ 'ਚ ਆਪਾਂ ਚਨਿਓਟ ਤੋਂ ਬਾਈਪਾਸ 'ਤੇ ਇਹ ਚੜ੍ਹੇ ਹਾਂ ਸੇਮ ਵਾਲੀ ਵਿਆਹ ਪਿੱਛੇ ਮੇਰੇ ਸੇਮ ਆ ਹਜੇ ਆਪਣਾ ਅੱਧਾ ਸਫ਼ਰ ਹੋਇਆ ਵਾ ਅੱਧੇ ਨਾਲੋਂ ਜ਼ਿਆਦਾ ਹਜੇ ਪਿਆ ਵਾ ਟੋਲ ਟੈਕਸ ਜਾਣਾ ਵਾ ਟੋਲ ਟੈਕਸ ਫੇਰ ਕੇ ਜਾਣਾ ਵਾ
ਟੈਕਸ ਦੇਨੇ ਆ 150 ਰੁਪਿਆ ਟੋਲ ਟੈਕਸ ਦਾ ਬਾ 150 ਜਾਣ 150 ਹੋ ਰਹੇ ਨੇ 300 ਰੁਪਿਆ ਆਪਣਾ ਇੱਥੇ ਲੱਗ ਜਾਣਾ ਵਾ ਤੇ ਬਾਕੀ ਦੇ ਜਾਣ ਫੋਨ ਤੇ ਜਿਹੜਾ ਨੰਬਰ ਹੋ ਗਿਆ ਦਿਖਾਣੇ ਆ ਬਾਕੀ ਜੀ ਇੱਥੇ ਆ ਕੇ ਹੁਣ ਰੁਕੇ ਆ ਟੋਲ ਟੈਕਸ ਦੇ ਕੇ ਟੋਲ ਟੈਕਸ ਤੋਂ ਥੋੜਾ ਅੱਗੇ ਆ ਕੇ ਰੁਕੇ ਆ ਤੇ ਇੱਥੇ ਹੁਣ ਆਪਾਂ ਪਤਾ ਨਹੀਂ ਇਹਨਾਂ ਨੇ ਹੋਟਲ ਤੋਂ ਰੋਟੀ ਵਗੈਰਾ ਖਾਣੀ ਆ ਆਪਾਂ ਵੀ ਖਾਂਦੇ ਆ ਤਕਰੀਬਨ ਹਜੇ ਅੱਧੇ ਨਾਲੋਂ ਜ਼ਿਆਦਾ ਸਫ਼ਰ ਪਿਆ ਵਾ ਆਪਣਾ ਰਮਜ਼ਾਨ ਮਿਲਦਾ ਬਾਕੀ ਜੀ ਇੱਥੋਂ ਆਪਣੇ ਲਾ ਦੇ ਚੈੱਕ ਕਰੋ ਹਾਂ ਜੀ ਆਪਣੇ ਤਿੰਨ ਹੀ ਟਰਾਲੇ ਇੱਥੇ ਖਲੋਤੇ ਹੋ ਅੱਗੇ ਖਲੋਤਾ ਇੱਕ ਟਰਾਲਾ मेले दे अगे तकरीबन 10 वज चुके आ पूरे 10 वज गए आ मेले दे गेट दे मोहरे खलोते आ ट्रैक्टर अपना खलोता वा जी आ सामने इधर मेला ओ गेट आ सामने ਤੇ ਹੁਣ ਆ ਕੇ ਪਹੁੰਚੇ ਮਿਲ ਚ ਅੰਦਰ ਵੜਦੇ ਤੇ ਫਿਰ ਤੁਹਾਨੂੰ ਅੰਦਰ ਦੀ ਸੂਰਤ ਹਾਲ ਦੱਸਦੇ ਸਾਰੀ ਬਾਕੀ ਜੀ ਹੁਣ ਖਾਲੀ ਹੋਣ ਵਾਲੇ ਹਾਂ ਆਪਾਂ ਟਰਾਲੇ ਤਾਰਾਂ ਤੂਰਾਂ ਆਪਾਂ ਖੋਲ੍ਹ ਦਿੱਤੀਆਂ ਵਾ ਸਾਰੀਆਂ ਟਰਾਲੇ ਦੀਆਂ ਖੋਲ੍ਹ ਕੇ ਤਾਂ ਇੱਥੇ ਲਪੇੜ ਦਿੱਤੀਆਂ ਵਾ ਅਤੇ ਬਾਕੀ ਜੀ ਹੁਣ ਖਾਲੀ ਹੋਣ ਲੱਗੇ ਹਾਂ ਤਕਰੀਬਨ ਟਾਈਮ ਕਾਫੀ ਹੋ ਚੁੱਕਿਆ ਆ ਆਹ ਟਰਾਲੇ ਵਾਲੇ ਲੱਦਾਂ ਲੁੱਦਾਂ ਫਸਾ ਕੇ ਖਲੋਤੇ ਆ ਇੱਥੇ ਖਾਲੀ ਹੋਣਾ ਵਾ ਖਾਲੀ ਹੋ ਕੇ ਕਾਗਜ਼ ਆਪਣੇ ਲੈ ਗਏ ਆ ਇੱਥੇ ਹੁਣ ਪੈਣ ਲੱਗੇ ਆ टाइम हो गया तकरीबन सुबह के 3:55 ते हुण आपां ये सो जाना वा सुबह नूं उठांगे चल रजाई सिद्धी कर रजाई सिद्धी है पई कड़ा पुठी है
ਬਾਕੀ ਜੀ ਟਰਾਲਾ ਆਪਾਂ ਇੱਥੇ ਕੱਢ ਦਿੱਤਾ ਵਾ ਤੇ ਹੁਣ ਸਿੱਧਾ ਜਾਂਦੇ ਆ ਘਰ ਨੂੰ ਟਰਾਲਾ ਇੱਥੋਂ ਪੰਡੇ ਦੇ ਨਹੀਂ ਭਰਨਾ ਤੇ ਸਾਨੂੰ ਅੱਜ ਕੰਮ ਕਰਦਾ ਟਰਾਲਾ ਭਰ ਜਾ ਇੱਥੇ ਜੀ ਅਸੀਂ ਦਾਦੀ ਨੂੰ ਨਾਲ ਬਿਠਾਇਆ ਵਾ ਟਰੈਕਟਰ ਦੇ ਪਿੰਡ ਚੋਂ ਆ ਰਹੇ ਸੀ ਵਾਪਸ ਦਾਦੀ ਰਾਹ ਟੱਕਰ ਕੇ ਦਾਦੀ ਨੂੰ ਬਿਠਾ ਲਿਆ